ਇਹ ਰੋਡ ਆ ਜਿਹੜੀ ਇਹ ਪੁਰਾਣੀ ਰੋਡ ਆ, ਇਹ ਅੱਗੇ ਜਾ ਕੇ ਉਹਨੂੰ ਜੁਆਇਨ ਕਰਦੀ ਆ ਜਵਾਹਰ ਟਨਲ ਨੂੰ, ਜਿਹੜੀ ਪੁਰਾਣੀ ਟਨਲ ਸੀਗੀ। ਟਨਲ ਕ੍ਰੋਸ ਕਰ ਲਈ, ਕ੍ਰੋਸ ਕਰਨ ਦੇ ਸਾਰ ਹੀ ਆਹ ਹਾਲ ਆ ਇੱਥੇ। ਟਰੱਕ ਆ ਜਿਹੜਾ ਉਹ ਥੱਲੇ ਲੈ ਗਿਆ, ਉਹਨੂੰ ਹੁਣ ਇਹ ਉੱਪਰ ਚੱਕਣ ਲੱਗੇ ਹੋਏ ਆ। ਥੱਲੇ ਥੱਲੇ ਮਤਲਬ ਖੱਡ ਦੇ ਵਿੱਚ ਕਿਵੇਂ ਬੱਦਲ ਆ, ਉੱਪਰ ਸਾਫ਼ ਆ। ਮੈਂ ਇਸ ਰਸਤੇ 'ਤੇ ਇਸੇ ਕਰਕੇ ਆਇਆ ਸੀ ਕਿਉਂਕਿ ਇਹੋ ਜਿਹੇ ਨਜ਼ਾਰੇ ਨੇ। ਆਹ ਦੇਖੋ ਕਿਵੇਂ ਦੀਆਂ ਪੁਰਾਣੀਆਂ ਜਾਣੀ ਸੁਰੰਗਾਂ ਜਿਹੀਆਂ ਨੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਆਪਾਂ ਅੱਜ ਇੱਥੋਂ ਅਲਵਿਦਾ ਲੈਣ ਲੱਗੇ ਹਾਂ ਇਹਨਾਂ ਤੋਂ। ਕਿਊਮ ਦੇ ਡੈਡੀ ਜੀ ਖੜ੍ਹੇ, ਪਿੱਛੇ ਮਾਤਾ ਜੀ ਖੜ੍ਹੇ ਨੇ, ਅਤੇ ਕਿਊਮ ਇੱਧਰ ਖੜ੍ਹਾ, ਇਹ ਵੀ ਨਾਲ ਜਾਊਗਾ ਮੇਰੇ ਥੋੜ੍ਹੀ ਦੂਰ ਤੱਕ, ਅਤੇ ਉੱਥੋਂ ਇਹਨੂੰ ਫਿਰ ਮੈਂ ਵਾਪਸ ਭੇਜ ਦੂੰਗਾ। ਇਹਨਾਂ ਦੇ ਕਹਿੰਦੇ ਰਿਵਾਜ਼ ਵੀ ਆ ਬਈ ਮਹਿਮਾਨ ਦੇ ਨਾਲ ਪਿੱਛੇ ਥੋੜ੍ਹੀ ਦੂਰ ਤੱਕ ਜਾਂਦੇ ਆ, ਪਰ ਚਲੋ ਇਹਨੂੰ ਕੰਮ ਵੀ ਸੀ ਥੋੜ੍ਹਾ ਜਿਹਾ। ਮੈਂ ਹੀ ਇਹਨੂੰ ਕਹਿਤਾ, ਮੈਂ ਕਿਹਾ ਤੂੰ ਮੇਰੇ ਨਾਲ ਚੱਲ ਵੀ ਉੱਥੋਂ ਵਾਪਸ ਆ ਜਾਈ, ਠੀਕ ਆ ਜੀ। ਅਤੇ ਹੁਣ ਆਪਾਂ ਇਹਨਾਂ ਨੂੰ ਮਤਲਬ ਕਹਿੰਦੇ ਹਾਂ ਵੀ ਸ਼ੱਬਾ ਖੈਰ ਇਹਨਾਂ ਦੀ ਭਾਸ਼ਾ ਦੇ ਵਿੱਚ ਜਿਵੇਂ ਕਹਿੰਦੇ ਆ, ਠੀਕ ਆ ਜੀ, ਰੁਖਸਤ ਲੈਂਦੇ ਹਾਂ ਇਹਨਾਂ ਤੋਂ। ਅਤੇ ਫਿਰ ਆਪਾਂ ਚੱਲਦੇ ਹਾਂ, ਰਸਤੇ 'ਚ ਜਿਹੜੇ ਵਿਊ ਆਉਣਗੇ ਉਹ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ, ਅਤੇ ਰਾਹ ਦੇ ਵਿੱਚ ਜੋ ਵੀ ਵਧੀਆ ਵਧੀਆ ਹੋਣਗੀਆਂ ਗੱਲਾਂ ਬਾਤਾਂ ਆਪਾਂ ਕਰਦੇ ਜਾਵਾਂਗੇ, ਅਤੇ ਆਪਾਂ ਪਹੁੰਚ ਜਾਵਾਂਗੇ। 6 ਵੱਜ ਗਏ ਨੇ ਸਵੇਰ ਦੇ, ਅਤੇ 6 ਵਜੇ ਮੈਂ ਇੱਥੋਂ ਤੁਰਨ ਲੱਗਿਆ। ਸਾਡੇ ਕੋਲ ਸਮਾਨ ਸਾਰਾ ਤਿਆਰ ਆ, ਅਤੇ ਮੈਂ ਇੱਕ ਬੈਗ ਲੈ ਕੇ ਆਇਆ ਸੀ, ਇਹਨਾਂ ਨੇ ਦੂਜਾ ਬੈਗ ਹੋਰ ਭਰਤਾ ਮੇਰਾ। ਬੈਗ ਸਾਡੇ 2 ਹੋ ਗਏ ਹੁਣ, ਅਤੇ ਮੈਂ ਇਹਨੂੰ ਇੱਕ ਨੂੰ ਬੰਨ ਲੂੰਗਾ, ਇੱਕ ਨੂੰ ਚਲੋ ਉਹ ਤਾਂ ਪਿੱਠੂ ਬੈਗ ਹੀ ਆ, ਉਹ ਮੈਂ ਆਪਣੀ ਪਿੱਠ 'ਤੇ ਹੀ ਬੰਨ ਲੈਣਾ, ਉਹਦੇ 'ਚ ਸਮਾਨ ਥੋੜ੍ਹਾ ਘੱਟ ਕਰਤਾ ਮੈਂ, ਠੀਕ ਆ ਜੀ। ਚੱਲਦੇ ਹਾਂ, ਅਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਵੀਡੀਓ ਜੇ ਚੰਗੀ ਲੱਗਦੀ ਆ ਉਹਨੂੰ ਲਾਈਕ ਜ਼ਰੂਰ ਕਰਿਓ, ਲਾਈਕ ਦਾ ਬਟਨ ਦੱਬ ਦਿਓ, ਅਤੇ ਹੋਰਾਂ ਦੇ ਨਾਲ ਸ਼ੇਅਰ ਵੀ ਕਰ ਦਿਓ, ਕਮੈਂਟ ਵੀ ਕਰ ਦਿਓ। ਜੇ ਤੁਹਾਨੂੰ ਕੋਈ ਚੀਜ਼ ਪੁੱਛਣੀ ਆ ਤਾਂ ਉਹਦੇ ਬਾਰੇ ਤੁਸੀਂ ਪੁੱਛ ਵੀ ਸਕਦੇ ਹੋ ਵੀ ਇੱਥੇ ਆਪਾਂ ਕਿੰਨਾ ਕੁ ਆਪਾਂ ਨੂੰ ਟਾਈਮ ਲੱਗਦਾ, ਕੀ ਲੱਗਦਾ, ਇਹ ਜਿਹੇ ਸਵਾਲ ਜੋ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦੇ ਆ ਤੁਸੀਂ ਉਹ ਪੁੱਛ ਸਕਦੇ ਹੋ, ਠੀਕ ਆ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਮੈਂ ਆਪਣੇ ਇਹਦੇ 'ਤੇ ਹਾਈਵੇ 'ਤੇ ਚੜ੍ਹ ਗਿਆ ਜੀ, ਉੱਥੋਂ ਆਪਾਂ ਮਤਲਬ ਆਏ ਸੀਗੇ, ਚੱਲੇ ਸੀਗੇ 6:15 ਦੇ ਹਾਂ ਆਸ ਪਾਸ ਚੱਲਿਆ ਸੀ, ਅਤੇ ਹੁਣ ਟਾਈਮ ਹੋ ਗਿਆ 7 ਵੱਜ ਗਏ, ਹਾਈਵੇ 'ਤੇ ਚੜ੍ਹ ਗਏ। ਅੱਗੇ ਵਧੀਆ ਰੋਡ ਹੀ ਆ ਹੁਣ ਸਾਰਾ, ਹੁਣ ਇੱਥੋਂ ਦੇ ਜਿਹੜੇ ਆਹ ਵਿਊਜ਼ ਨੇ ਇਹਨਾਂ ਨੂੰ ਆਪਾਂ ਅਲਵਿਦਾ ਕਹਿ ਦੇਣੀ ਅੱਜ, ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਆਪਾਂ ਆਪਣੇ ਏਰੀਏ 'ਚ ਚਲੇ ਜਾਣਾ, ਅਤੇ ਉੱਧਰ ਪਲੇਨ ਏਰੀਆ ਹੀ ਆ। ਜਿਹੜੀਆਂ ਸਾਹਮਣੇ ਪਹਾੜੀਆਂ ਦਿਖਦੀਆਂ ਨੇ ਇਹਨਾਂ ਦੇ ਵਿੱਚ ਦੀ ਆਪਾਂ ਲੰਘ ਜਾਣਾ, ਇਹਨਾਂ ਦੇ ਵਿੱਚ ਨਾ ਟਨਲ ਬਣੀ ਹੋਈ ਆ ਥੱਲੇ ਦੀ, ਅਤੇ ਉਹਦੇ ਵਿੱਚ ਦੀ ਲੰਘਣਾ। ਅੱਗੇ ਇੱਕ ਟਨਲ ਪੁਰਾਣਾ ਜਿਹੜਾ ਰਸਤਾ ਸੀਗਾ ਉਹਨੂੰ ਕਹਿੰਦੇ ਸੀਗੇ ਜਵਾਹਰ ਟਨਲ, ਅਤੇ ਉਹ ਜਵਾਹਰ ਟਨਲ ਦੇ ਵਿੱਚ ਦੀ ਲੰਘਦੇ ਸੀਗੇ, ਹੁਣ ਇਹ ਕਾਜ਼ੀ ਕੁੰਡ ਟਨਲ ਇਹਨੂੰ ਕਹਿ ਦਿੰਦੇ ਆ, ਅਤੇ ਉੱਧਰਲੇ ਪਾਸੇ ਹੈਗਾ ਮਨੀਹਾਲ, ਮਨੀਹਾਲ ਕਾਜ਼ੀ ਕੁੰਡ ਟਨਲ, ਉਹਦੇ ਵਿੱਚ ਦੀ ਆਪਾਂ ਕ੍ਰੋਸ ਕਰਨ ਲੱਗੇ ਹਾਂ ਬਸ ਥੋੜ੍ਹੀ ਦੇਰ ਤੱਕ, ਅਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਨਵਾਂ ਰਸਤਾ ਆਉਂਦੇ ਹੋਏ ਆਏ ਸੀਗੇ ਉਸੇ ਰਸਤੇ ਹੀ ਵਾਪਸ ਜਾਵਾਂਗੇ। ਉਹ ਵਧੀਆ ਸੀ, 40-42 ਕਿਲੋਮੀਟਰ ਆਪਣਾ ਉਹਦੇ 'ਚ ਮਤਲਬ ਫਾਇਦਾ ਹੋ ਗਿਆ ਵੀ ਆਪਾਂ ਨੂੰ ਨਹੀਂ ਜਾਣਾ ਪਿਆ, ਪਰ ਉਹਦੇ 'ਚ ਜਿਹੜੀਆਂ ਆਪਣੇ ਵੀਡੀਓਗ੍ਰਾਫੀ ਉਸ ਦਿਨ ਆਪਾਂ ਕੀਤੀ ਨਹੀਂ ਸੀਗੀ ਕਿਉਂਕਿ ਵਿਊ ਬਹੁਤ ਸੋਹਣੇ ਸੀ, ਉਹ ਫਿਰ ਆਪਾਂ ਕਰਾਂਗੇ ਹੁਣ। ਆਹ ਜਿਹੜੀ ਰੋਡ ਥੱਲੇ ਦੀ ਜਾਂਦੀ ਆ, ਇਹ ਰੋਡ ਆ ਜਿਹੜੀ ਇਹ ਪੁਰਾਣੀ ਰੋਡ ਆ, ਇਹ ਅੱਗੇ ਜਾ ਕੇ ਉਹਨੂੰ ਜੁਆਇਨ ਕਰਦੀ ਆ ਜਵਾਹਰ ਟਨਲ ਨੂੰ, ਜਿਹੜੀ ਪੁਰਾਣੀ ਟਨਲ ਸੀਗੀ। ਹੁਣ ਆਪਾਂ ਇਹਦੇ ਵਿੱਚ ਦੀ ਲੰਘ ਜਾਵਾਂਗੇ। ਆਹ ਜਿਹੜਾ ਸਾਹਮਣੇ ਟੋਲ ਟੈਕਸ ਬਣਿਆ ਹੋਇਆ, ਟੋਲ ਟੈਕਸ ਖੈਰ ਆਪਾਂ ਨੂੰ ਤਾਂ ਨਹੀਂ ਲੱਗਣਾ, ਅਤੇ ਇਹਨੂੰ ਅੱਗੇ ਫਿਰ ਟਨਲ ਹੈ, ਆਹ ਪਹਾੜੀਆਂ ਦੇ ਵਿੱਚ ਦੀ ਆਪਾਂ ਅੱਗੇ ਲੰਘ ਜਾਣਾ। ਇਹ ਵੀ ਟਨਲ ਖਾਸੀ ਵੱਡੀ ਆ, 8-9 ਕਿਲੋਮੀਟਰ ਦੀ ਆ, ਇਹਦੇ ਵਿੱਚ ਦੀ ਵੀ ਆਪਾਂ ਲੰਘ ਜਾਣਾ ਹੁਣ। ਆਹ ਆ ਗਈ ਟਨਲ, ਅਤੇ ਇੱਥੇ ਪਿੱਛੇ ਲਿਖਿਆ ਆ ਰਿਹਾ ਸੀਗਾ ਵੀ ਜਿਹੜਾ ਪੈਟਰੋਲੀਅਮ ਟੈਂਕਰ ਨੇ ਉਹ ਦੇ ਆਰ ਨੋਟ ਅਲਾਊਡ, ਠੀਕ ਆ ਜੀ, ਉਹ ਨਹੀਂ ਇਹਦੇ ਵਿੱਚ ਦੀ ਜਾ ਸਕਦੇ,
ਇਹਦੇ ਵਿੱਚ ਹੀ ਸਿਰਫ ਮਤਲਬ ਦੂਜੇ ਟਰੱਕ ਵਗੈਰਾ ਜਾ ਸਕਦੇ ਆ, ਪੈਟਰੋਲ ਗੈਸ ਵਾਲੇ ਨੇ ਜਿਹੜੇ ਉਹ ਪਰਲੀ ਜਵਾਹਰ ਟਨਲ ਦੇ ਵਿੱਚ ਦੀ ਕੱਢਦੇ ਆ। ਟਨਲ ਕ੍ਰੋਸ ਕਰ ਲਈ, ਕ੍ਰੋਸ ਕਰਨ ਦੇ ਸਾਰ ਹੀ ਆਹ ਹਾਲ ਆ ਇੱਥੇ। ਇੱਧਰ ਤਾਂ ਬਹੁਤ ਬਾਰਿਸ਼ ਆ ਅਤੇ ਹੁਣ ਮੈਨੂੰ ਇਹਦੇ ਟਨਲ ਦੇ ਵਿੱਚ ਹੀ ਰੁਕਣਾ ਪੈਣਾ। ਇਹਦੇ ਵਿੱਚ ਹੀ ਆਪਾਂ ਖੜ੍ਹੇ ਹਾਂ ਇੱਥੇ ਛੱਤ ਥੱਲੇ, ਅਤੇ ਉਦੋਂ ਬਾਅਦ ਫਿਰ ਦੇਖਦੇ ਹਾਂ ਜਦੋਂ ਥੋੜ੍ਹਾ ਜਿਹਾ ਘਟੂਗਾ ਮੀਂਹ ਜਾਂ ਹਟਦਾ ਫਿਰ ਚੱਲਾਂਗੇ, ਕਿਉਂਕਿ ਹਾਲੇ ਤਾਂ ਬਾਰਿਸ਼ ਜ਼ਿਆਦਾ, ਕੋਈ ਫਾਇਦਾ ਨਹੀਂ ਭਿੱਜਣ ਦਾ। ਥੋੜ੍ਹਾ ਜਿਹਾ ਸਾਫ਼ ਹੋ ਗਿਆ ਹੁਣ ਉੱਧਰ ਉੱਪਰ, ਅਤੇ ਚੱਲਦੇ ਹਾਂ ਹੁਣ। ਥੋੜ੍ਹੇ ਥੋੜ੍ਹੀ ਕਣੀਆਂ ਨਾਲ ਤਾਂ ਬਾਹਲਾ ਕੋਈ ਫਰਕ ਨਹੀਂ ਪੈਣ ਲੱਗਿਆ ਆਪਾਂ ਨੂੰ, ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀਗੀ ਅਤੇ ਹੁਣ ਆਪਾਂ ਤੁਰਨ ਲੱਗੇ ਹਾਂ। ਮੀਂਹ ਤੋਂ ਚੱਲੇ ਤਾਂ ਰਸਤਾ ਅੱਗੇ ਫਿਰ ਬਲੋਕ ਮਿਲ ਗਿਆ, ਕਿਉਂਕਿ ਉਹ ਟਰੱਕ ਆ ਜਿਹੜਾ ਉਹ ਥੱਲੇ ਲੈ ਗਿਆ, ਉਹਨੂੰ ਹੁਣ ਇਹ ਉੱਪਰ ਚੱਕਣ ਲੱਗੇ ਹੋਏ ਆ। ਓਕੇ, ਗੱਡੀ ਵੀ ਪੰਜਾਬ ਨੰਬਰ ਆ ਜੀ, ਅਤੇ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪੂਰੀ। ਮੈਂ ਤਾਂ ਵਿੱਚ ਦੀ, ਮੈਨੂੰ ਲੱਗਦਾ ਲੰਘ ਜੀ ਉਹ ਰਸਤਾ ਹੈਗਾ, ਦੇਖਦਾ ਮੈਂ ਲੰਘ ਕੇ। ਥੋੜ੍ਹਾ ਜਿਹਾ ਅੱਗੇ ਆਏ ਆਪਾਂ, ਇੱਥੇ ਆਹ ਮੌਸਮ ਬਣ ਗਿਆ ਵੀ ਮਤਲਬ ਬੱਦਲਬਾਈ ਇੰਨੀ ਜ਼ਿਆਦਾ, ਜਿਹੜੀ ਵਿਜੀਬਿਲਟੀ ਆ ਉਹ ਜੀਰੋ ਵਰਗੀ ਹੋ ਗਈ, ਧੁੰਦ ਹੁੰਦੀ ਆ ਜਿਵੇਂ ਆਪਣੇ, ਮਤਲਬ ਉਵੇਂ ਬੱਦਲ ਜਿਹੜਾ ਸੜਕਾਂ ਦੇ ਉੱਤੇ ਤੁਰਿਆ ਫਿਰਦਾ। ਮੈਂ ਰੁੱਕ ਕੇ ਫਿਰ ਵੀਡੀਓ ਬਣਾਉਣ ਲੱਗਿਆ, ਮੈਂ ਕਿਹਾ ਜਾਂਦੇ ਜਾਂਦੇ ਤਾਂ ਆਪਾਂ ਤੋਂ ਬਣਨੀ ਨਹੀਂ ਹੈਗੀ, ਫਿਰ ਕਿਉਂਕਿ ਧੁੰਦ ਵੀ ਆ ਅੱਗੇ ਦਿਖਦਾ ਨਹੀਂ ਕੋਈ ਧੂਰੋਂ, ਹੈ ਨਾ। ਠੀਕ ਹੈ ਜੀ, ਅਤੇ ਹੁਣ ਚੱਲਦੇ ਹਾਂ ਆਪਾਂ। ਬਨੀਹਾਲ ਜਿਹੜਾ ਹੈਗਾ ਉਹ ਕ੍ਰੋਸ ਕਰ ਲਿਆ ਸੀਗਾ, ਅਤੇ ਹੁਣ ਆਪਾਂ ਅੱਗੇ ਰਾਮਬਨ ਪਹੁੰਚਣ ਵਾਲੇ ਹਾਂ। ਰਾਮਬਨ ਤੋਂ ਫਿਰ ਉਧਮਪੁਰ ਤੋਂ ਆਪਾਂ ਨਵਾਂ ਜਿਹੜਾ ਰਸਤਾ ਉਹ ਲਵਾਂਗੇ ਅਤੇ ਉੱਧਰ ਦੀ ਚੱਲਾਂਗੇ। ਆਹ ਦੇਖ ਲਓ ਜੀ ਸੜਕ ਦਾ ਹਾਲ, ਬਿਲਕੁਲ ਹੀ ਮਤਲਬ ਦਿਖਣੋਂ ਹਟ ਜਾਂਦਾ ਕਦੇ ਕਦੇ ਤਾਂ, ਬਾਹਲਾ ਹਾਲਾਤ ਘੈਂਟ ਨੇ ਅੱਜ ਤਾਂ। ਚਲੋ ਕੋਈ ਨਹੀਂ, ਚੱਲਦੇ ਹਾਂ। ਲਾਈਟਾਂ ਲਾਈਆਂ ਹੋਈਆਂ ਨੇ ਸਾਰਿਆਂ ਨੇ, ਦੇਖੋ ਜਿਵੇਂ ਧੁੰਦ 'ਚ ਆਪਾਂ ਲਾਈਟਾਂ ਲਾਉਂਦੇ ਹਾਂ ਨਾ, ਉਵੇਂ ਇਹਨਾਂ ਨੇ ਵੀ ਲਾਈਟਾਂ ਲਾਈਆਂ ਹੋਈਆਂ ਨੇ। ਮੈਂ ਵੀ ਲਾਈਟਾਂ ਲਾਤੀਆਂ ਅਤੇ ਚਾਰੇ ਇੰਡੀਕੇਟਰ ਆਪਾਂ ਛੱਡਤੇ। ਆਹ ਦੇਖੋ ਐਂ ਚੱਲਣਾ ਪੈਂਦਾ ਫਿਰ ਇੱਥੇ। ਇਹ ਆ ਚਨਾਬ ਜਿਹੜਾ ਮੈਂ ਜਾਂਦੇ ਹੋਏ ਵੀ ਦਿਖਾਇਆ ਸੀਗਾ, ਇਹ ਦਰਿਆ ਜਿਹੜਾ ਹੈਗਾ ਆਪਣੇ ਰੋਹਤਾਂਗ ਪਾਸ ਮਨਾਲੀ ਤੋਂ ਪਰਿਓਂ, ਹੈ ਨਾ, ਉੱਧਰੋਂ ਦੀ ਹੋ ਕੇ ਇੱਧਰ ਨੂੰ ਆਉਂਦਾ ਵਾ, ਇੱਧਰੋਂ ਹੁਣ ਇਹ ਜਾਣਾ ਪਾਕਿਸਤਾਨ ਦੇ ਵਿੱਚ। ਤੁਸੀਂ ਇਹਦਾ ਇਹ ਦੇਖੋ ਵੀ ਫਲੋ ਕਿੰਨਾ ਵਾ, ਪਾਣੀ ਇਹਦੇ 'ਚ ਕਿੰਨਾ ਜ਼ਿਆਦਾ ਆ ਅਤੇ ਇਹਦੀ ਸਪੀਡ ਕਿੰਨੀ ਆ, ਅਤੇ ਇਹ ਦੇਖੋ ਵੀ ਸਪੀਡ ਕਿੰਨੀ ਦੇ ਨਾਲ ਇਹ ਜਾ ਰਿਹਾ ਪਾਣੀ, ਬਹੁਤ ਜ਼ਿਆਦਾ ਸਪੀਡ ਹੈ ਇਹਦੀ। ਮੈਂ ਰਾਮਬਨ ਕ੍ਰੋਸ ਕਰ ਲਿਆ ਅਤੇ ਹੁਣ ਬਸ ਆਪਾਂ ਚੱਲਦੇ ਹਾਂ ਅੱਗੇ, ਅੱਗੇ ਜਾਈ ਜਾ ਰਹੇ ਹਾਂ। ਧੁੱਪ ਥੋੜ੍ਹੀ ਜਿਹੀ ਨਿਕਲਿਆ ਜੀ, ਪਰ ਇੱਕ ਗੱਲ ਮਤਲਬ ਦੇਖੋ ਵੀ ਮੀਂਹ ਪੈ ਕੇ ਹਟਿਆ ਸਾਰੇ ਕਿਤੇ ਹੀ, ਇੱਧਰ ਵੀ ਪਾਣੀ ਖੜ੍ਹਾ, ਸੜਕਾਂ ਗਿੱਲੀਆਂ ਨੇ, ਪਰ ਪਰਮਾਤਮਾ ਨੇ ਆਪਾਂ ਨੇ ਨਾਲ ਠੀਕ ਕੀਤਾ, ਆਪਾਂ ਨੂੰ ਜਾਣੀ ਪਰਮਾਤਮਾ ਬਚਾਈ ਜਾ ਰਿਹਾ, ਹਾਲੇ ਤੱਕਰ ਤਾਂ ਵਧੀਆ ਚੱਲ ਰਹੇ ਹਾਂ ਆਪਾਂ, ਅਤੇ ਇਸੇ ਤਰ੍ਹਾਂ ਹੀ ਚੱਲੀ ਜਾਵੇ ਅਤੇ ਆਪਾਂ ਸਹੀ ਟਾਈਮ ਨਾਲ ਆਪਾਂ ਘਰ ਪਹੁੰਚ ਜਾਵਾਂਗੇ। ਮੈਂ ਇੱਕ ਨਾ ਟਨਲ ਕ੍ਰੋਸ ਕੀਤੀ, ਟਨਲ ਕ੍ਰੋਸ ਕਰਕੇ ਆਹ ਨਜ਼ਾਰਾ ਦੇਖਿਆ, ਦੇਖੋ ਥੱਲੇ ਥੱਲੇ ਮਤਲਬ ਖੱਡ ਦੇ ਵਿੱਚ ਕਿਵੇਂ ਬੱਦਲ ਆ, ਉੱਪਰ ਸਾਫ਼ ਆ, ਉੱਪਰ ਮੌਸਮ ਹਲੇ ਠੀਕ ਆ, ਉੱਧਰ ਸੂਰਜ ਵੀ ਹੈਗਾ ਦੀਨਾ ਮਾੜਾ ਮੋਟਾ, ਅਤੇ ਆਹ ਦੇਖੋ ਕਿਵੇਂ ਕਿੰਨਾ ਵਧੀਆ ਨਜ਼ਾਰਾ ਦਿਖ ਰਿਹਾ, ਪੂਰਾ ਢੱਕਿਆ ਹੋਇਆ ਬਿਲਕੁਲ ਖੱਡ ਨੂੰ। ਇਹਦੇ ਵਿੱਚ ਕੋਈ ਪਿੰਡ ਵੀ ਹੋਊ, ਮਕਾਨ ਵੀ ਹੋਣਗੇ ਤਾਂ ਉਹ ਦੇਖ ਨਹੀਂ ਰਹੇ ਜਮਾਂ ਹੀ, ਕਿੰਨਾ ਸੋਹਣਾ ਨਜ਼ਾਰਾ। ਬਾਕੀ ਸੜਕਾਂ ਸਾਰੀਆਂ ਗਿੱਲੀਆਂ ਨੇ, ਯਾਨੀ ਕਿ ਮੀਂਹ ਆ ਜਿਹੜਾ ਉਹ ਪੈ ਪੂ ਕੇ ਹਟਿਆ। ਮੈਂ ਥੋੜ੍ਹਾ ਜਿਹਾ ਹੋਰ ਉੱਪਰ ਆ ਗਿਆ ਅਤੇ ਉੱਪਰ ਆ ਕੇ ਆਹ ਨਜ਼ਾਰਾ ਬਣਦਾ, ਦੇਖੋ ਕਿੰਨਾ ਸੋਹਣਾ ਲੱਗਦਾ, ਉਹੀ ਥੱਲੇ ਬੱਦਲ ਅਤੇ ਉੱਪਰ ਘਰ ਜਿਹੜੇ ਨੇ ਦੀਂਦੇ ਉਹ ਸਾਫ਼ ਸੁਥਰੇ ਦੀਂਦੇ ਆ, ਧੁੱਪ ਪੈਂਦੀ ਆ, ਥੱਲੇ ਕੁਛ ਵੀ ਨਹੀਂ ਦੀਂਦਾ, ਕਿੰਨਾ ਵਧੀਆ ਨਜ਼ਾਰਾ।
ਸਾਹਮਣੇ ਵੇਖੋ ਅੱਜ ਬਾਈਕ ਰਾਈਡਰ ਕਿੰਨੇ ਆ ਰਹੇ ਆ, ਉੱਧਰ ਮੈਨੂੰ ਕੋਈ ਵੀ ਨਹੀਂ ਮਿਲਿਆ, ਅੱਜ ਤਾਂ ਪੂਰੀ ਇਹ ਸੈਨਾ ਹੀ ਆ ਜਾ ਰਹੇ ਆ। ਅਤੇ ਮੈਂ ਇੱਥੇ ਰੁਕਿਆ ਸੀਗਾ ਦਿਖਾਉਣ ਵਾਸਤੇ ਕਿ ਜਿਹੜੀ ਉਹ ਸਾਹਮਣੇ ਟਨਲ ਹੈ ਉਹ ਹੈਗੀ ਆ ਚਨਾਨੀ ਟਨਲ, ਮੈਂ ਪਿਛਲੀ ਵਾਰੀ ਵੀ ਦਿਖਾਈ ਸੀ ਉਹਦੇ 'ਚ, ਠੀਕ ਹੈ ਜੀ। ਅਤੇ ਆਹ ਜਿਹੜੀ ਰੋਡ ਥੱਲੇ ਜਾ ਰਹੀ ਆ ਇਹ ਹੈਗੀ ਆ ਪਤਨੀ ਟੋਪ ਵਾਲੀ ਪੁਰਾਣੀ ਰੋਡ, ਠੀਕ ਹੈ। ਹੁਣ ਆਪਾਂ ਇੱਧਰ ਦੀ ਲੰਘ ਜਾਣਾ, ਆਹ ਸਾਹਮਣੇ ਜਿਹੜਾ ਪਹਾੜ ਆ ਇਹਦੇ ਵਿੱਚ ਦੀ ਅਸੀਂ ਲੰਘ ਜਾਣਾ ਚਨਾਨੀ ਟਨਲ ਤੋਂ। ਇਹ 9 ਕਿਲੋਮੀਟਰ ਦੀ ਇਹਦੀ ਜਿਹੜੀ ਲੈਂਥ ਆ, ਅਤੇ ਜਿਹੜੀ ਉਹ ਹੈਗੀ ਆ ਆਪਣੇ ਰੋਹਤਾਂਗ ਵਾਲੀ ਉਹਦੀ 10 ਕਿਲੋਮੀਟਰ ਆ, ਉਹਦੇ ਨਾਲੋਂ 1 ਕਿਲੋਮੀਟਰ ਛੋਟੀ ਆ ਇਹ। ਆਹ ਐਂਟਰ ਕਰ ਗਏ ਆਪਾਂ, ਇਹ ਹੁਣ ਜਾਣੀ 9 ਕਿਲੋਮੀਟਰ ਆਪਾਂ ਇਹਦੇ ਵਿੱਚ ਦੀ ਲੰਘਣਾ, ਠੀਕ ਹੈ ਜੀ। ਆਪਾਂ ਜਿਹੜਾ ਹੁਣ ਹਾਈਵੇ ਆ ਉਹ ਛੱਡਤਾ, ਉਹ ਪਿੱਛੇ ਜਿਹੜਾ ਮੇਰੇ ਦਿਖ ਰਿਹਾ ਪੁਲ ਉਹ ਹਾਈਵੇ ਸੀਗਾ, ਹਾਈਵੇ ਜਾਂਦਾ ਜੰਮੂ ਅਤੇ ਸਿੱਧਾ ਜੰਮੂ ਜਾਊਗਾ, ਪਰ ਮੈਂ ਇੱਧਰਲਾ ਰੂਟ ਫੜ ਲਿਆ। ਇੱਧਰ ਰੂਟ ਇੱਕ ਤਾਂ ਸੋਹਣੇ ਆ ਬਹੁਤ ਵਿਊ ਨੇ, ਅਤੇ ਬਾਕੀ 40-42 ਕਿਲੋਮੀਟਰ ਇੱਧਰ ਦੀ ਘੱਟ ਪੈਣਾ। ਇਹਨੂੰ ਕਹਿੰਦੇ ਆ ਧਾਰ ਰੋਡ ਕਹਿੰਦੇ ਆ ਕੁਛ ਇੱਦਾਂ ਦਾ ਕਰਕੇ, ਅਤੇ ਆਪਾਂ ਇਸੇ ਰੂਟ 'ਤੇ ਚੱਲਾਂਗੇ। ਹੁਣ ਮੈਂ ਇੱਥੋਂ ਮਤਲਬ ਪਠਾਨਕੋਟ ਵਾਲਾ ਲਾਇਆ ਹੋਇਆ, ਅਤੇ ਪਠਾਨਕੋਟ ਆ ਜਿਹੜਾ ਉਹ 125 ਕਿਲੋਮੀਟਰ ਮੈਨੂੰ ਦਿਖਾ ਰਿਹਾ। ਇੱਥੋਂ ਆਪਾਂ ਮੇਨ ਹਾਈਵੇ 'ਤੇ ਫਿਰ ਨਿਕਲ ਜਾਂਗੇ 40-42 ਕਿਲੋਮੀਟਰ ਬਾਅਦ। ਫਿਰ ਹੁਣ ਮੇਰਾ ਵਿਚਾਰ ਆ ਕਿ ਮੈਂ ਥੋੜ੍ਹਾ ਜਿਹਾ ਕਿਤੇ ਰੈਸਟ ਕਰੂੰਗਾ, ਕਿਉਂਕਿ ਸਵੇਰ ਦਾ ਆਪਾਂ ਜਦੋਂ ਚੱਲੇ ਹੋਏ ਹਾਂ ਲਗਾਤਾਰ ਚੱਲੇ ਆ ਰਹੇ ਹਾਂ, ਕਿਤੇ ਥੋੜ੍ਹੀ ਬਹੁਤ ਚਾਹ ਪੀਵਾਂਗੇ ਜਾਂ ਦੇਖਾਂਗੇ। ਉਸ ਦਿਨ ਜਿੱਥੇ ਚਾਹ ਪੀਤੀ ਸੀਗੀ ਆਉਂਦੇ ਹੋਏ ਉਸੇ ਜਗ੍ਹਾ 'ਤੇ ਆਪਾਂ ਚਾਹ ਪੀ ਲੈਂਦੇ ਹਾਂ। ਆਹ ਜਿਹੜਾ ਹੈਗਾ ਇਹ ਪੌਲ ਆ ਜੀ ਆਪਣੇ ਉਹਦਾ ਰੇਲਵੇ ਦਾ, ਅਤੇ ਇਹ ਜੰਮੂ ਨੂੰ ਜਾਂਦਾ, ਠੀਕ ਹੈ। ਇੱਧਰ ਉਧਮਪੁਰ ਨੂੰ ਜਾਂਦਾ ਅਤੇ ਜੰਮੂ ਨੂੰ ਜਾਂਦਾ। ਥੱਲੇ ਜਿਹੜੇ ਇਹ ਨਦੀ ਆ ਉਹ ਨਦੀ ਹੈਗੀ ਤਵੀ ਨਦੀ 'ਤੇ ਬਣਿਆ ਹੋਇਆ। ਉਹ ਜਿਹੜੀ ਰੋਡ ਜਾਂਦੀ ਆ ਉਹ 'ਤੇ ਮੈਂ ਜਾ ਚੜ੍ਹਦਾ, ਜਿਹੜੀ ਪੁਲ ਦੇ ਥੱਲੇ ਇੱਕ ਰੋਡ ਜਾਂਦੀ ਆ ਉੱਥੇ ਤੁਹਾਨੂੰ ਹੁਣ ਦੇਖੂਗਾ ਟਰੱਕ ਦੇਖੋ, ਟਰੱਕ ਦਿੰਦਾ ਨਾ ਉੱਥੇ ਚਲੇ ਜਾਣਾ ਆਪਾਂ। ਉਹ ਟ੍ਰੇਨ ਵੀ ਜਾਂਦੀ ਆ ਜਦੀ ਕੁਦਰਤੀ ਮੈਂ ਥੱਲੇ ਵਾਲੇ ਪਾਸੇ ਆ ਗਿਆ ਜਿੱਥੇ ਮੈਂ ਤੁਹਾਨੂੰ ਦਿਖਾਉਂਦਾ ਸੀਗਾ, ਉੱਥੇ ਦੇਖੋ ਟ੍ਰੇਨ ਵੀ ਜਾ ਰਹੀ ਆ। ਆਹ ਦੇਖੋ ਉਹ ਲੰਘ ਗਈ ਟ੍ਰੇਨ। ਮੈਂ ਇਸ ਰਸਤੇ 'ਤੇ ਇਸੇ ਕਰਕੇ ਆਇਆ ਸੀ ਕਿਉਂਕਿ ਇਹੋ ਜਿਹੇ ਨਜ਼ਾਰੇ ਨੇ ਜਿਹੜੇ ਇੱਧਰ ਬਹੁਤ ਨੇ। ਆ ਝਰਨੇ ਜੇ ਚੱਲੀ ਜਾਂਦੇ ਆ ਸੜਕ ਦੇ ਉੱਤੇ ਹੀ ਪੈਂਦੇ ਆ, ਇੱਧਰ ਆ ਤਵੀ ਨਦੀ ਜਾਂਦੀ ਆ ਜਿਹੜੀ ਜੰਮੂ ਨੂੰ ਚਲੀ ਜਾਂਦੀ ਆ। ਇਹ ਚੀਜ਼ਾਂ ਨੇ ਜਿਹੜੀਆਂ ਇਸ ਰਸਤੇ 'ਤੇ ਦੇਖਣ ਨੂੰ ਮਿਲਦੀਆਂ ਨੇ। ਆਹ ਦੇਖੋ ਕਿਵੇਂ ਦੀਆਂ ਪੁਰਾਣੀਆਂ ਜਾਣੀ ਸੁਰੰਗਾਂ ਜਿਹੀਆਂ ਨੇ। ਇਹ ਚੀਜ਼ਾਂ ਉਦੋਂ ਰਹਿ ਗਈਆਂ ਸੀਗੀਆਂ ਦਿਖਾਉਣੀਆਂ, ਕਿਉਂਕਿ ਉਸ ਦਿਨ ਮੇਰੇ ਨਾਲ ਉਹ ਬਾਈ ਸੀਗਾ ਅਤੇ ਉਹ ਰੁਕਿਆ ਨਹੀਂ ਜ਼ਿਆਦਾ, ਹੈ ਨਾ। ਉਹਦੇ ਕਰਕੇ ਫਿਰ ਚਲੋ ਆਪਾਂ ਜਿਵੇਂ ਕਈ ਵਾਰੀ ਹੁੰਦਾ ਕਿਸੇ ਦੇ ਨਾਲ ਚੱਲਦੇ ਹਾਂ ਤਾਂ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ। ਇਸੇ ਕਰਕੇ ਮੈਂ ਦੁਬਾਰਾ ਫਿਰ ਇਸੇ ਰਾਹ 'ਤੇ ਹੀ ਆਇਆ। ਮੈਂ ਚੀਜ਼ਾਂ ਸਾਰੀਆਂ ਕੈਪਚਰ ਕਰਨਾ ਚਾਹੁੰਦਾ ਅਤੇ ਸਾਰੀਆਂ ਤੁਹਾਨੂੰ ਦਿਖਾਉਣਾ ਚਾਹੁੰਦਾ। ਆਏਗਾ ਜੀ ਤਵੀ ਨਦੀ ਦਾ ਬ੍ਰਿਜ ਆ ਗਿਆ। ਤਵੀ ਨਦੀ ਦੇ ਆਪਾਂ ਕਦੇ ਸੱਜੇ ਹੋ ਜਾਂਦੇ ਹਾਂ, ਕਦੇ ਖੱਬੇ ਹੋ ਜਾਂਦੇ ਹਾਂ, ਬਸ ਐਂ ਜੇ ਚੱਲੀ ਜਾਂਦਾ ਕੰਮ। ਅਤੇ ਮੇਰੇ ਪਿੱਛੇ ਵੀ ਇਸੇ ਤਰ੍ਹਾਂ ਟ੍ਰੇਨ ਦਾ ਪੋਲ ਆ ਜਿਹੜਾ ਉਹ ਮੇਰੇ ਪਿੱਛੇ ਰਹਿ ਗਿਆ, ਅਤੇ ਉਹ ਵੀ ਕਦੇ ਖੱਬੇ ਆ ਜਾਂਦੀ ਆ ਟ੍ਰੇਨ, ਕਦੇ ਸੱਜੇ ਆ ਜਾਂਦੀ ਆ। ਇਹ ਕਾਫੀ ਪੁਰਾਣਾ ਪੁਲ ਬਣਿਆ ਲੱਗਦਾ। ਆਹ ਦੇਖੋ ਜਿਹੜੀ ਤਵੀ ਨਦੀ ਆ ਖਾਸੀ ਵੱਡੀ ਆ, ਮਤਲਬ ਇਹ ਨਹੀਂ ਹੈਗਾ ਵੀ ਛੋਟੀ ਜਿਹੀ ਆ, ਬਹੁਤ ਵੱਡੀ ਆ। ਇਹ ਜਿਹੜੀ ਉਹ ਜੰਮੂ ਵਾਲੀ ਆ ਉਹੀ ਤਵੀ ਨਦੀ ਆ, ਪੂਰਾ ਵਧੀਆ ਜਾਣੀ ਮਾਹੌਲ ਆ ਉਹ। ਪਰ ਇਹ ਜਿਹੜਾ ਰੇਲਵੇ ਦਾ ਪੁਲ ਆ, ਹੁਣ ਰੇਲਵੇ ਉੱਧਰ ਚਲੀ ਗਈ, ਕਦੇ ਰੇਲਵੇ ਇੱਧਰ ਆ ਜਾਂਦੀ ਆ, ਕਦੇ ਉੱਧਰ ਚਲੀ ਜਾਂਦੀ ਆ। ਬਹੁਤ ਸੋਹਣਾ ਵਿਊ ਆ ਜੀ, ਇਹ ਵਿਊ ਨੇ ਜਿਹੜੇ ਬਸ ਇਹਨਾਂ ਨੂੰ ਦੇਖਣ ਵਾਸਤੇ ਇੱਧਰ ਨੂੰ ਆ ਗਏ ਆਪਾਂ। ਉਸੇ ਜਗ੍ਹਾ 'ਤੇ ਫਿਰ ਆਪਾਂ ਆ ਗਏ ਜਿੱਥੇ ਆਪਾਂ ਦੇਖਿਆ ਸੀ ਉੱਦਣ ਵੀ ਟਾਇਰ ਫਟਿਆ ਸੀ, ਅਤੇ ਚਾਹ ਪੀਤੀ ਸੀਗੀ ਬਾਈ ਦੇ ਨਾਲ ਤਾਮਿਲਨਾਡੂ ਵਾਲੇ ਨਾਲ। ਅਤੇ ਉਸੇ ਜਗ੍ਹਾ 'ਤੇ ਉਸੇ ਦੁਕਾਨ 'ਤੇ ਆ ਗਏ, ਇੱਥੇ ਹੁਣ ਆਪਾਂ ਚਾਹ ਦਾ ਆਰਡਰ ਦਿੱਤਾ, ਇੱਥੋਂ ਚਾਹ ਪੀ ਕੇ ਚੱਲਦੇ ਹਾਂ। ਅਤੇ ਕਹਿੰਦੇ ਨੇ ਚੀਜ਼ ਆ ਦੇਖੋ ਪਨੀਰ ਦਾ ਜਿਹੜਾ ਟੁਕੜਾ ਜਿਹਾ, ਹੈ ਨਾ, ਇਹ ਐਂ ਰੱਖਦੇ ਆ ਬਣਾ ਕੇ ਖਾਸਾ ਵੱਡਾ, ਫਿਰ ਇਹਨੂੰ ਤਲਦੇ ਆ।
ਬਾਅਦ 'ਚ ਪੀਸ ਕਰਕੇ। ਅਤੇ ਪਨੀਰ ਦਾ ਕੰਮ ਖਾਸਾ ਇੱਥੇ, ਪਨੀਰ ਮਤਲਬ ਕਾਫੀ ਰੱਖਿਆ ਹੋਇਆ ਇਹਨਾਂ ਨੇ ਸਾਰੀਆਂ ਦੁਕਾਨਾਂ 'ਤੇ ਪਿਆ। ਇਹ ਕੋਈ ਸਪੈਸ਼ਲ ਇੱਧਰ ਦੀ ਆਈਟਮ ਆ, ਮਤਲਬ ਲੋਕ ਇੱਧਰ ਖਾਂਦੇ ਆ ਇਹ। ਬਾਈ ਦੇ ਗਿਆ ਆਪਾਂ ਨੂੰ ਚਾਹ ਅਤੇ ਆਹ ਪਕੌੜੇ ਜਿਹੇ, ਐਂ ਪੀਸ ਕੱਟ ਦਿੰਦੇ ਆ ਫਿਰ ਉਹਦੇ, ਪਹਿਲਾਂ ਵੱਡਾ ਜਿਹਾ ਹੁੰਦਾ ਅਤੇ ਇੱਧਰ ਆਪਣਾ ਸਮਾਨ ਸਮੂਨ ਪਿਆ। ਹੁਣ ਚੱਕਦੇ ਹਾਂ ਇਹਨੂੰ, ਫਿਰ ਤੁਰਦੇ ਹਾਂ ਚਾਹ ਪੀ ਕੇ। ਠੀਕ ਹੈ ਜੀ, ਚਾਹ ਪੀਂਦੇ ਪੀਂਦੇ ਆਹ ਕੰਮ ਹੋ ਗਿਆ ਉਰੇ। ਹਾਲੇ ਤਾਂ ਚਾਹ ਪੀਣ ਨੂੰ ਮਤਲਬ 5 ਮਿੰਟ ਹੀ ਹੋਏ ਸੀਗੇ, ਬੈਗ ਵੀ ਖੋਲ੍ਹਣਾ ਪੈ ਗਿਆ। ਚਲੋ ਸਾਰਾ ਸਮਾਨ ਆਪਾਂ ਰੱਖ ਲਿਆ ਅੰਦਰ, ਅਤੇ ਮੋਟਰਸਾਈਕਲ ਵੀ ਧੋਤਾ ਜਾਊਗਾ, ਕੋਈ ਗੱਲ ਨਹੀਂ। ਬਾਕੀ ਵਧੀਆ ਰਹਿ ਗਏ, ਆਪਾਂ ਇੱਥੇ ਹੀ ਖੜ੍ਹ ਗਏ, ਨਹੀਂ ਤਾਂ ਕੰਮ ਔਖਾ ਹੋ ਜਾਣਾ ਸੀ। ਰਾਹ 'ਚ ਆਪਾਂ ਨੂੰ ਸ਼ਾਇਦ ਇੱਧਰ ਨੂੰ ਜਗ੍ਹਾ ਹੈ ਨਹੀਂ ਕੋਈ ਹੋਰ ਰੋਕਣ ਦੀ। ਮੀਂਹ ਹਟ ਗਿਆ ਜੀ, ਹੁਣ ਆਪਾਂ ਮੋਟਰਸਾਈਕਲ 'ਤੇ ਸਮਾਨ ਸਮੂਨ ਬੰਨਦੇ ਹਾਂ। ਥੋੜ੍ਹੀ ਜਿਹੀ ਧੁੱਪ ਵੀ ਨਿਕਲੀ ਆ, ਰਸਤਾ ਵੈਸੇ ਖਤਰਨਾਕ ਆ, ਮੀਂਹ ਵਾਲਾ ਨਹੀਂ ਹੈਗਾ। ਮੀਂਹ ਅਗਰ ਜ਼ਿਆਦਾ ਪੈ ਜਾਂਦਾ ਤਾਂ ਮੂਹਰੇ ਲੈਂਡਸਲਾਈਡ ਵਗੈਰਾ ਹੋ ਸਕਦਾ, ਅਤੇ ਹੁਣ ਪਤਾ ਨਹੀਂ ਅੱਗੇ ਲੈਂਡਸਲਾਈਡ ਵੀ ਹੋਇਆ ਹੋਊਗਾ ਜਾਂ ਕਿਵੇਂ ਆ, ਪਰ ਗੱਡੀਆਂ ਉੱਧਰੋਂ ਆਈ ਜਾਂਦੀਆਂ ਨੇ ਤਾਂ ਇਹਦਾ ਮਤਲਬ ਠੀਕ ਹੀ ਹੋਊਗਾ। ਚਲੋ ਚੱਲਦੇ ਹਾਂ, ਫਿਰ ਅੱਗੇ ਦਾ ਹਾਲ ਤੁਹਾਨੂੰ ਦਿਖਾਉਂਦੇ ਹਾਂ। ਮੀਂਹ ਪੈਣ ਦਾ ਇੱਕ ਫਾਇਦਾ ਵੀ ਹੋਇਆ ਮੈਨੂੰ ਉੱਥੇ, ਕਿਉਂਕਿ ਮੈਂ ਇੱਕ ਵੀਡੀਓ ਕੱਲ੍ਹ ਯੂਟਿਊਬ 'ਤੇ ਅਪਲੋਡ ਤਾਂ ਕਰਤੀ ਸੀਗੀ, ਉਹਦਾ ਇੱਕ ਤਾਂ ਥੰਬਨੇਲ ਰਹਿੰਦਾ ਸੀਗਾ ਅਤੇ ਉਹਦੇ ਟੈਗ ਵਗੈਰਾ ਰਹਿੰਦੇ ਸੀਗੇ, ਉਹ ਮੈਂ ਉੱਥੇ ਲਾ ਕੇ ਫਿਰ ਉਹਨੂੰ ਪਬਲਿਕ ਕਰਤਾ। ਪਹਿਲਾਂ ਉਹ ਅਨਲਿਸਟਡ ਸੀਗੀ, ਅਤੇ ਇੱਧਰ ਮੀਂਹ ਨਹੀਂ ਪਿਆ, ਉਹਦਾ ਮੈਨੂੰ ਇਹ ਫਾਇਦਾ ਹੋ ਗਿਆ। ਜਿਵੇਂ ਆਹ ਸੜਕ ਹੈ, ਇਹ ਦੇਖੋ ਲੈਂਡਸਲਾਈਡ ਏਰੀਆ, ਅਤੇ ਇੱਥੇ ਥੋੜ੍ਹਾ ਜਿਹਾ ਮੈਨੂੰ ਫਾਇਦਾ ਹੋ ਗਿਆ ਵੀ ਇਹ ਜਿਹੜਾ ਚਿੱਕੜ ਜਿਹਾ ਜ਼ਿਆਦਾ ਵਧਿਆ ਨਹੀਂ ਹੈਗਾ, ਇਹ ਵੀ ਸਲਿਪਰੀ ਆ, ਪਰ ਥੋੜ੍ਹਾ ਜਿਹਾ ਮੈਨੂੰ ਫਾਇਦਾ ਹੋ ਗਿਆ। ਇਸ ਕਰਕੇ ਆਪਾਂ ਚਲੋ ਵਧੀਆ ਰਹਿ ਗਏ ਵੀ ਇੱਧਰ ਮੀਂਹ ਨਹੀਂ ਪਿਆ। ਉੱਚੇ ਉੱਚੇ ਸੋਹਣੇ ਜਿਹੇ ਪਹਾੜਾਂ ਦਾ ਆਪਾਂ ਆਨੰਦ ਜਿਹੜਾ ਲੈਂਦੇ ਆਏ, ਫਿਰ ਇੱਕ ਵਾਰੀ ਨੀਮਾ ਜਿਹਾ ਫੇਰ ਆ ਗਿਆ, ਹੈ ਨਾ। ਮਤਲਬ ਦੇਖੋ ਨਦੀ ਆ ਅਤੇ ਸੋਹਣਾ ਲੱਗਦਾ ਜਿਹੜਾ ਵਿਊ ਆ। ਵਾਕਈ ਇੱਧਰ ਵਿਊ ਨੇ ਜਿਹੜੇ ਉਹ ਬਾਹਲੇ ਸੋਹਣੇ ਆ, ਸਾਰੇ ਵਿਊਜ਼ ਤਾਂ ਆਪਾਂ ਕੈਪਚਰ ਵੀ ਨਹੀਂ ਕਰ ਸਕਦੇ ਹੁੰਦੇ। ਬਸ ਹੁਣ ਆਪਣੀ ਜਿਹੜੀ ਵੀਡੀਓ ਆ ਇਹ ਬਾਹਲੀ ਲੰਬੀ ਨਹੀਂ ਹੋਣੀ, ਕਿਉਂਕਿ ਪਠਾਨਕੋਟ ਮੈਨੂੰ 50 ਕਿਲੋਮੀਟਰ ਰਹਿ ਗਿਆ ਇੱਥੋਂ ਸਾਰੇ ਹੀ, ਅਤੇ ਜਦੋਂ ਪਠਾਨਕੋਟ ਆ ਗਏ, ਪਠਾਨਕੋਟ ਤੋਂ ਬਾਅਦ ਫਿਰ ਆਪਾਂ ਜ਼ਿਆਦਾ ਵੀਡੀਓਗ੍ਰਾਫੀ ਕਰਨੀ ਨਹੀਂ, ਕਿਉਂਕਿ ਪਹਾੜੀ ਏਰੀਆ ਤਾਂ ਤਕਰੀਬਨ ਆਪਣਾ ਖਤਮ ਹੋ ਹੀ ਚੁੱਕਿਆ ਵਾ। ਜਿਹੜੇ ਪਹਾੜ ਨੇ ਉਹ ਕਾਫੀ ਹੱਦ ਤੱਕ ਆਪਾਂ ਕਵਰ ਕਰ ਲਿਆ, ਉਹਦੇ ਪੈਰਾਂ ਜਿਹਾਂ ਜਾ ਗਏ ਪਹਾੜਾਂ ਦੇ, ਯਾਨੀ ਜਿਹੜੇ ਉੱਚੇ ਉੱਚੇ ਪਹਾੜ ਸੀਗੇ ਉਹ ਤਾਂ ਖਤਮ ਹੋ ਚੁੱਕੇ ਨੇ। ਅਤੇ ਇਹਦੇ 'ਚ ਫਿਰ ਆਪਾਂ ਜ਼ਿਆਦਾ ਵੀਡੀਓਗ੍ਰਾਫੀ ਕਰਾਂਗੇ ਨਹੀਂ, ਅਤੇ ਬਾਕੀ ਦੱਸੀ ਜਾਵਾਂਗੇ ਤੁਹਾਨੂੰ ਕਿੱਥੇ ਪਹੁੰਚ ਗਏ, ਕਿੰਨੇ ਕਿਲੋਮੀਟਰ ਆਪਾਂ ਟਰੈਵਲ ਕਰ ਲਿਆ। ਮੈਂ ਹੁਣ ਜਿਵੇਂ ਅੱਜ ਉੱਥੋਂ ਤਕਰੀਬਨ 250 ਕਿਲੋਮੀਟਰ ਦੇ ਆਸ ਪਾਸ ਮੈਂ ਆ ਗਿਆ, ਅਤੇ ਮੇਰਾ 200 ਕਿਲੋਮੀਟਰ ਹੋਰ ਰਹਿ ਗਿਆ ਹੋਊਗਾ, 225 ਕਿਲੋਮੀਟਰ ਮੇਰੇ ਰਹਿ ਗਏ ਨੇ। ਅਤੇ 225 ਕਿਲੋਮੀਟਰ ਆਪਾਂ ਹੋਰ ਟਰੈਵਲ ਕਰਨਾ, ਫਿਰ ਆਪਣਾ ਘਰ ਆ ਜਾਣਾ। ਉਹ ਸਾਰੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸੀ ਜਾਊਂਗਾ। ਅਤੇ ਇਹ ਜਿਹੜੀ ਆਪਣੀ ਸੀਰੀਜ਼ ਸੀਗੀ ਹੋਣ ਵਾਲੀ ਸੀਗੀ, ਇਹਦਾ ਨਾਮ ਰੱਖਿਆ ਸੀ ਮੈਂ ਕਸ਼ਮੀਰ ਪੈਰਾਡਾਈਜ਼। ਇਹ ਇਹਦਾ ਆਖਰੀ ਭਾਗ ਆਊਗਾ ਅੱਜ, ਅਤੇ ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਸੀਰੀਜ਼ ਸੀਗੀ ਉਹ ਵੀ ਕਸ਼ਮੀਰ ਸੀਰੀਜ਼ ਸੀ, ਉਹਦਾ ਨਾਮ ਰੱਖਿਆ ਸੀ ਆਪਾਂ ਕਸ਼ਮੀਰ ਫਾਈਲਸ, ਉਹਦੀਆਂ ਅਲੱਗ ਵੀਡੀਓ ਸੀਗੀਆਂ। ਅਤੇ ਇਹਦਾ ਜਿਹੜਾ ਅੱਜ ਆਖਰੀ ਭਾਗ ਹੋਊਗਾ, ਅਤੇ ਅੱਜ ਆਪਾਂ ਇਸ ਵਲੋਗ ਨੂੰ ਐਂਡ ਕਰ ਦਾਂਗੇ। ਫਿਰ ਆਪਾਂ ਨਵੇਂ ਕਿਸੇ ਵਲੋਗ ਦੇ ਨਾਲ ਅਤੇ ਹੋਰ ਪਾਸੇ ਕਿਸੇ ਨਵੇਂ ਪਾਸੇ ਨੂੰ ਚੱਲਾਂਗੇ, ਅਤੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਫਿਰ ਆਪਾਂ ਜੁੜੇ ਰਹੇ। ਆਹ ਸਾਹਮਣੇ ਜਿਹੜਾ ਆ ਗਿਆ ਇਹਨੂੰ ਕਹਿੰਦੇ ਦਿਆਲ ਚੌਂਕ, ਇੱਥੋਂ ਮੁੜਨਾ ਆਪਾਂ ਜੇ ਕਦੇ ਵੀ ਜਾਣਾ ਹੋਵੇ ਨਾ ਤੁਸੀਂ ਕਸ਼ਮੀਰ ਨੂੰ। ਅਤੇ ਆਹ ਜਿਹੜਾ ਹਲੇ ਪੁਲ ਬਣ ਰਹੇ ਨੇ ਇਹ ਬਣ ਰਹੇ ਆ 4 ਲੇਨ ਦੇ, ਇਹ ਜੰਮੂ ਨੂੰ ਜਾਂਦਾ ਰਸਤਾ ਮੇਰੇ ਸੱਜੇ ਹੱਥ, ਅਤੇ ਮੈਂ ਖੱਬੇ ਹੱਥ ਨੂੰ ਮੁੜ ਜਾਣਾ। ਹੁਣ ਮੈਂ ਇੱਥੋਂ ਮੁੜਿਆ ਸੀਗਾ, ਇਹ ਰਸਤਾ ਬਹੁਤ ਹੀ ਵਧੀਆ, ਮੈਂ ਜਾਣੀ ਸੁਜੈਸਟ ਕਰੂੰਗਾ ਸਾਰਿਆਂ ਨੂੰ ਵੀ ਤੁਸੀਂ ਇਸ ਰਸਤੇ ਤੋਂ ਜਾਓ।
ਨਦੀਆਂ ਨਾਲਿਆਂ ਨੂੰ ਕਰੋਸ ਕਰਦੇ ਹੋਏ ਅਤੇ ਵੱਡੇ ਉੱਚੇ ਉੱਚੇ ਪਹਾੜਾਂ ਨੂੰ ਪਾਰ ਕਰਦੇ ਹੋਏ ਆਪਾਂ ਨਾ ਲਖਨਪੁਰ ਬਾਰਡਰ ਆ ਜਿਹੜਾ J&K ਅਤੇ ਪੰਜਾਬ ਦਾ ਲਖਨਪੁਰ ਬਾਰਡਰ ਆ ਆਪਾਂ ਉੱਥੇ ਪਹੁੰਚ ਗਏ ਹਾਂ। ਇੱਥੇ ਜਿਹੜੀ ਮਾਰਕੀਟ ਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਇੱਥੇ ਨਾ ਬੜੇ ਵਾਲੇ ਮਸ਼ਹੂਰ ਨੇ ਮਾਰਕੀਟ ਦੇ ਵਿੱਚ, ਕਿੰਨੀਆਂ ਹੀ ਦੁਕਾਨਾਂ ਨੇ ਦੋਨੇ ਪਾਸੇ ਬੜਿਆਂ ਦੀਆਂ ਦੁਕਾਨਾਂ ਨੇ, ਬਹੁਤ ਸਵਾਦ ਬਣਾਉਂਦੇ ਆ ਇਹ। ਜਦੋਂ ਤੁਸੀਂ ਇੱਥੇ ਆਵੋ ਇਹ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਜਾਇਓ। ਆਪਾਂ ਵਿਚਾਲੇ ਇੱਥੇ ਥੋੜ੍ਹਾ ਜਿਹਾ ਚਿਰ ਰੁਕੇ ਹਾਂ ਪਰ ਹੁਣ ਮੈਂ ਜ਼ਿਆਦਾ ਨਹੀਂ ਰੁਕਣਾ, ਮੈਂ ਇੱਥੋਂ ਬਸ ਸਿਰਫ ਵੀਡੀਓ ਬਣਾਉਣ ਵਾਸਤੇ ਰੁਕਿਆ ਸੀਗਾ। ਅਤੇ ਹੁਣ ਇੱਥੋਂ 18 ਕਿਲੋਮੀਟਰ ਪਠਾਨਕੋਟ ਰਹਿ ਗਿਆ, ਕੁਛ ਖਾਵਾਂਗੇ ਪੀਵਾਂਗੇ ਪਠਾਨਕੋਟ ਜਾ ਕੇ, ਉਦੋਂ ਬਾਅਦ ਫਿਰ ਆਪਾਂ ਕੰਮ ਜਿਹੜਾ ਹੈਗਾ ਖਿੱਚੀ ਜਾਵਾਂਗੇ। ਜ਼ਿਆਦਾ ਏਰੀਆ ਹੁਣ ਆਪਣਾ ਰਹਿ ਗਿਆ ਨੀਗਾ ਅਤੇ ਪਲੇਨ ਏਰੀਆ ਸ਼ੁਰੂ ਹੋ ਗਿਆ। ਇੱਥੇ ਇੱਕ ਗਰਮੀ ਵੀ ਸ਼ੁਰੂ ਹੋ ਗਈ ਆ, ਪਿੱਛੇ ਵਧੀਆ ਮੌਸਮ ਸੀਗਾ ਯਾਨੀ ਠੰਡ ਸੀਗੀ। ਹੁਣ ਜੈਕਟ ਜਿਹੜੀ ਮੇਰੀ ਪਾਈ ਹੋਈ ਆ ਲਾਉਣ ਨੂੰ ਜੀ ਕਰਦਾ ਪਰ ਮੈਂ ਲਾਉਣੀ ਨਹੀਂ ਕਿਉਂਕਿ ਇੱਕ ਤਾਂ ਇਹ ਰਾਈਡਿੰਗ ਗੇਅਰ ਹੁੰਦੇ ਆ, ਇਹਦੇ 'ਚ ਸਾਰਾ ਕੁਝ ਪਾਇਆ ਹੋਇਆ, ਐਲਬੋ ਵਗੈਰਾ ਹੈਗੇ ਨੇ, ਇਸ ਕਰਕੇ ਦੂਜੀ ਗੱਲ ਇਹ ਮਿੱਟੀ ਤੋਂ ਘੱਟੇ ਤੋਂ ਵੀ ਬਚਾਉਂਦੀ ਆ। ਹੁਣ ਆ ਮੇਰਾ ਜਿਹੜਾ ਪੰਜਾਬ ਦਾ ਸਿਮ ਆ ਉਹ ਵੀ ਚੱਲ ਪੈਣਾ ਅਤੇ ਉਮੀਦ ਆ ਮੈਨੂੰ ਲੱਗਦਾ ਸ਼ਾਇਦ ਚੱਲ ਹੀ ਪਿਆ ਹੋਣਾ। ਇੱਥੋਂ ਜਸਟ ਮਤਲਬ 100 ਕੁ ਮੀਟਰ ਬਾਅਦ ਉਹ ਜਿਹੜਾ ਹੈਗਾ ਟੋਲ ਟੈਕਸ ਆਊਗਾ, ਉਹ ਪੰਜਾਬ ਅਤੇ ਹਰੇ ਆਪਣੇ J&K ਦਾ ਟੋਲ ਟੈਕਸ ਹੋਊਗਾ। ਠੀਕ, ਆ ਜਿਹੜਾ ਸਾਹਮਣੇ ਟੋਲ ਟੈਕਸ ਆ ਇਹਨੂੰ ਪਾਰ ਕਰਦੇ ਸਾਰ ਆਪਾਂ ਪੰਜਾਬ 'ਚ ਐਂਟਰ ਹੋ ਜਾਣਾ। ਅੱਗੇ ਇੱਕ ਥੋੜ੍ਹਾ ਜਿਹਾ ਗਾਹਾਂ ਜਾ ਕੇ ਮਾੜਾ ਜਿਹਾ ਗਾਹਾਂ ਜਾ ਕੇ ਗੁਲਾਬ ਸਿੰਘ ਦਾ ਬੁੱਤ ਲੱਗਿਆ ਹੋਇਆ, ਉਹਦਾ ਵੀ ਮੈਂ ਇੱਕ ਸੀਨ ਦਿਖਾ ਦੂੰਗਾ ਤੁਹਾਨੂੰ ਅਤੇ ਉਸ ਤੋਂ ਬਾਅਦ ਜਾਣੀ ਪੰਜਾਬ ਸ਼ੁਰੂ ਹੋ ਜਾਂਦਾ। ਆਹ ਜਿਹੜਾ ਬੁੱਤ ਬਣਿਆ ਹੋਇਆ ਇਹ ਗੁਲਾਬ ਸਿੰਘ ਦਾ, ਮਹਾਰਾਜਾ ਗੁਲਾਬ ਸਿੰਘ, ਇਹ ਆਪਣੇ ਇਹਦਾ ਕਸ਼ਮੀਰ ਦਾ ਜੰਮੂ ਐਂਡ ਕਸ਼ਮੀਰ ਦਾ ਰਾਜਾ ਰਿਹਾ। ਠੀਕ ਹੈ, ਇਹਦੇ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਣਾ। ਹੁਣ ਆਪਾਂ ਰਾਵੀ ਦਰਿਆ ਜਿਹੜਾ ਉਹ ਪਾਰ ਕਰਾਂਗੇ, ਰਾਵੀ ਦਰਿਆ ਪਾਰ ਕਰਨ ਸਾਰ ਪੰਜਾਬ ਸ਼ੁਰੂ ਹੋ ਜੂਗਾ, ਪੰਜਾਬ 'ਚ ਬੈਠ ਕੇ ਕੁਛ ਖਾਣੇ ਪੀਂਦੇ ਹਾਂ ਆਪਾਂ। ਟਾਈਮ ਆ ਜਿਹੜਾ ਉਹ 2:30 ਵੱਜ ਗਏ, ਮੈਨੂੰ ਲੱਗਦਾ ਮੈਂ ਹੈ ਨਾ 3:00 ਵਜੇ ਨੂੰ ਪਠਾਨਕੋਟ ਆ ਜਿਹੜਾ ਉਹ ਕਰੋਸ ਕਰ ਜੂੰਗਾ। ਆਹ ਜਿਹੜਾ ਇਹ ਰਾਵੀ ਦਰਿਆ ਆ ਬੰਨ ਮਾਰਿਆ ਹੋਇਆ ਇੱਧਰ, ਪਿੱਛੇ ਪਾਣੀ ਕਾਫੀ ਆ, ਇਹਨੂੰ ਫਿਰ ਨਹਿਰਾਂ ਨਦੀਆਂ ਦੇ ਵਿੱਚ ਦੀ ਉਹ ਕੱਢ ਦਿੰਦੇ ਆ, ਹੋਰ ਪਾਸੇ ਭੇਜਿਆ ਹੋਇਆ। ਠੀਕ ਆ ਜੀ, ਇੱਧਰ ਜਿਹੜਾ ਹੈਗਾ ਟਰੱਕ ਆ ਗਿਆ ਜੀ, ਖੜ੍ਹ ਜਾਓ। ਇੱਧਰ ਹੈਗਾ ਜਿਹੜਾ ਇਹ ਪੁਲ ਹੈ ਪਰਲੇ ਪਾਸੇ ਜਾਣ ਵਾਲਾ, ਇੱਧਰ ਆਪਣੇ ਆਉਣ ਵਾਲਾ ਜੰਮੂ ਕਸ਼ਮੀਰ ਤੋਂ, ਅਤੇ ਉਸ ਤੋਂ ਪਰੇ ਜਿਹੜਾ ਇੱਕ ਪੁਲ ਦਿੰਦਾ ਉਹ ਹੈਗਾ ਆਪਣੇ ਰੇਲਵੇ ਦਾ ਪੁਲ। ਠੀਕ ਆ ਜੀ, ਅਤੇ ਇੱਧਰੋਂ ਇਹ ਜਿਹੜੇ ਨਦੀ ਆ ਪੰਜਾਬ ਅਤੇ J&K ਨੂੰ ਮਤਲਬ ਬਾਰਡਰ ਦੇ ਤਰ੍ਹਾਂ ਇੱਕ ਵੱਖ ਕਰਦੀ ਆ, ਜਿਹੜਾ ਇਹਦੇ ਪਿੱਛੇ ਪਾਸੇ ਰਹਿ ਜਾਂਦਾ ਉਹ J&K ਰਹਿ ਜਾਂਦਾ ਅਤੇ ਅਗਲੇ ਪਾਸੇ ਮੇਰੇ ਪੰਜਾਬ ਆ ਗਿਆ। ਮੈਂ ਜਲੰਧਰ ਪਹੁੰਚ ਗਿਆ ਜੀ, ਜਲੰਧਰ ਆ ਹਵੇਲੀ ਆ, ਹਵੇਲੀ ਦੇ ਕੋਲੋਂ ਕ੍ਰੋਸ ਕਰੀ ਜਾਂਦਾ ਸੀਗਾ। ਟਾਈਮ ਜਿਹੜਾ ਹੋ ਗਿਆ 5:21 ਹੋਏ ਆ, ਹਲੇ 80 ਕਿਲੋਮੀਟਰ ਮੇਰਾ ਬਾਕੀ ਆ, ਦੇਖਦੇ ਹਾਂ ਕਦ ਤੱਕ ਪਹੁੰਚਾਂਗੇ। ਮੈਨੂੰ ਲੱਗਦਾ ਵੀ ਦਿਨੇ ਦਿਨੇ ਆਪਾਂ ਪਹੁੰਚ ਜਾਂਗੇ। ਪਿੱਛੇ ਮੀਂਹ ਨੇ ਥੋੜ੍ਹਾ ਜਿਹਾ ਤੰਗ ਕੀਤਾ, ਮੀਂਹ ਕਈ ਜਗ੍ਹਾ 'ਤੇ ਆਇਆ, ਜਲੰਧਰ ਤੋਂ ਪਿੱਛੇ ਵੀ ਮੀਂਹ ਸੀਗਾ, ਇੱਥੇ ਵੀ ਥੋੜ੍ਹਾ ਬਹੁਤ ਹੈਗੀਆਂ ਕਣੀਆਂ ਜੀਆਂ ਪਰ ਜ਼ਿਆਦਾ ਨਹੀਂ ਹੈਗਾ। ਪਰ ਇੱਕ ਗੱਲ ਦਾ ਫਾਇਦਾ ਵੀ ਰਿਹਾ ਬਈ ਜਿਹੜਾ ਆਪਣਾ ਸਿਸਟਮ ਆ ਉਹ ਠੀਕ ਰਹਿ ਗਿਆ ਕਿਉਂਕਿ ਗਰਮੀ ਨਹੀਂ ਲੱਗੀ, ਥੋੜ੍ਹਾ ਜਿਹਾ ਮੌਸਮ ਠੰਡਾ ਹੋ ਗਿਆ, ਵਧੀਆ ਚੱਲ ਰਿਹਾ ਕੰਮ ਜਾਣੀ ਫਿਲਹਾਲ। ਹਾਲ ਤੱਕ ਆਪਾਂ ਵਧੀਆ ਆਈ ਜਾਂਦੇ ਹਾਂ। ਅੱਗ ਨਾਲ ਨਾਲ ਜੁੜੇ ਰਹੇ ਹੋ, ਤੁਹਾਨੂੰ ਮੈਂ ਦੱਸੂੰਗਾ ਵੀ ਕਿੰਨੇ ਵਜੇ ਮੈਂ ਪਹੁੰਚਦਾ, ਕਿੰਨੇ ਕਿਲੋਮੀਟਰ ਆਪਣਾ ਮੋਟਰਸਾਈਕਲ ਚੱਲ ਗਿਆ ਅਤੇ ਕਿੰਨੀ ਇਹਦੇ ਐਵਰੇਜ ਦਿੱਤੀ ਆ, ਉਹ ਸਾਰੀਆਂ ਚੀਜ਼ਾਂ ਆਪਾਂ ਘਰ ਜਾ ਕੇ ਤੁਹਾਨੂੰ ਦੱਸਾਂਗੇ, ਜੁੜੇ ਰਹੇ ਹੋ। ਮੈਂ ਘਰ ਪਹੁੰਚ ਗਿਆ ਜੀ, ਪਹੁੰਚਿਆ ਮੈਂ 6:45 ਦੇ ਆਸ ਪਾਸ। ਅੱਜ ਮੈਨੂੰ ਜਿਹੜਾ ਸਮਾਂ ਵਾ ਉਹ ਲੱਗ ਗਿਆ 12 ਘੰਟੇ, ਉਸ ਦਿਨ ਮੈਨੂੰ 11 ਘੰਟੇ ਲੱਗੇ ਸੀ ਉਹਨਾਂ ਦੇ ਘਰ ਪਹੁੰਚਣ ਵਾਸਤੇ। ਅੱਜ ਕਾਰਨ ਇਹ ਸੀਗਾ ਕਿ ਬਾਰਿਸ਼, ਤੁਸੀਂ ਦੇਖਿਆ ਹੀ ਹੋਊਗਾ ਵੀਡੀਓ ਦੇ ਵਿੱਚ ਵੀ ਬਾਰਿਸ਼ ਨੇ ਮੈਨੂੰ ਕਈ ਜਗ੍ਹਾ 'ਤੇ ਮਤਲਬ ਰੋਕਿਆ। ਦੂਸਰੀ ਗੱਲ ਇਹ ਵੀ ਸੀ ਜਦੋਂ ਸ਼ਾਮ ਨੂੰ ਮੈਂ ਜਲੰਧਰ ਤੋਂ ਪਿੱਛੇ ਹੀ ਸੀ ਥੋੜ੍ਹਾ ਜਿਹਾ,
ਉਹ ਸ਼ਹਿਰ ਵੱਡੇ ਵੱਡੇ ਨੇ ਜਿਹੜੇ, ਉਹ ਕ੍ਰੋਸ ਕੀਤੇ, ਜਲੰਧਰ ਕ੍ਰੋਸ ਕੀਤਾ ਜਾਂ ਕਹਿ ਲਓ ਲੁਧਿਆਣਾ ਕ੍ਰੋਸ ਕੀਤਾ, ਇਹਨਾਂ ਦੇ ਵਿੱਚ ਰਸ਼ ਬਹੁਤ ਜ਼ਿਆਦਾ ਸੀਗਾ ਕਿਉਂਕਿ ਅੱਜ ਰੱਖੜੀ ਦਾ ਤਿਉਹਾਰ ਸੀਗਾ। ਰੱਖੜੀ ਕਰਕੇ ਥੋੜਾ ਜਿਹਾ ਰਸ਼ ਸ਼ਾਮ ਨੂੰ ਬਾਜ਼ਾਰਾਂ ਦੇ ਵਿੱਚ ਕਾਫੀ ਸੀਗਾ, ਇਸ ਕਰਕੇ ਥੋੜੀ ਮਤਲਬ ਜਾਮ ਦੀ ਪ੍ਰੋਬਲਮ ਆਈ ਆ। ਬਾਕੀ ਠੀਕ ਰਿਹਾ ਸਫ਼ਰ, ਬਹੁਤ ਸੋਹਣਾ ਸੀਗਾ। ਇਹ ਪਹਿਲਾ ਸਫ਼ਰ ਸੀਗਾ ਜਿਹੜਾ ਮੇਰਾ ਇਕੱਲੇ ਦਾ ਸੀਗਾ, ਪਹਿਲੀ ਵਾਰੀ ਮੈਂ ਮੋਟਰਸਾਈਕਲ ਤੇ ਗਿਆ ਸੀਗਾ। ਬਹੁਤ ਹੀ ਸੋਹਣਾ ਸਫ਼ਰ ਰਿਹਾ, ਇਹੋ ਜਿਹਾ ਸਫ਼ਰ ਮਤਲਬ ਮੈਂ ਕਦੇ ਕੀਤਾ ਨਹੀਂ ਗਾ, ਪਰ ਬਹੁਤ ਸਵਾਦ ਆਇਆ। ਉਹਨਾਂ ਦੇ ਘਰ ਵੀ ਰਹੇ, ਬਾਕੀ ਮੀਂਹ ਦੇ ਨਜ਼ਾਰੇ ਲਏ, ਆਪਾਂ ਪੀਰ ਦੀ ਗਲੀ ਵੀ ਗਏ। ਪੀਰ ਦੀ ਗਲੀ ਜਾ ਕੇ ਤੁਸੀਂ ਮੇਰੇ ਪਿਛਲੇ ਬਲੌਗ ਦੇ ਵਿੱਚ ਚੈੱਕ ਕਰ ਲਿਓ, ਬਹੁਤ ਸੋਹਣੀ ਜਗ੍ਹਾ ਸੀਗੀ, ਉਹ ਸਾਰੇ ਬਹੁਤ ਵਧੀਆ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਬਈ ਜਿਹੜਾ ਇਹਦੇ ਵਿੱਚ ਖਰਚਾ ਮੇਰਾ ਕਿੰਨਾ ਕੁ ਆਇਆ। ਖਰਚਾ ਮੇਰਾ ਇਹਦੇ ਵਿੱਚ ਆਇਆ 2,850 ਰੁਪਏ ਦਾ ਮੇਰਾ ਤੇਲ ਲੱਗਿਆ ਸੀਗਾ, ਜਿਹਦੇ ਵਿੱਚੋਂ ਰਸਤੇ ਦੇ ਵਿੱਚ ਕਹਿ ਲਓ ਖਾਣ ਪੀਣ ਦਾ ਜਾਂਦੇ ਹੋਏ ਤੇ ਆਉਂਦੇ ਹੋਏ ਮੇਰਾ ਕੋਈ ਜ਼ਿਆਦਾ ਵੈਸੇ ਖਰਚ ਨਹੀਂ ਹੋਇਆ ਸੀਗਾ। ਮੈਂ ਮਤਲਬ 100-150 ਰੁਪਇਆ ਮੇਰਾ ਖਰਚਾ ਹੋਇਆ ਹੋਊਗਾ, ਤੇ ਬਾਕੀ 500-400 ਰੁਪਇਆ ਉੱਥੇ ਵੀ ਮੈਂ ਉਹਨਾਂ ਦੇ ਘਰ ਵੀ ਖਰਚ ਕੀਤਾ ਸੀਗਾ। ਬਾਹਲਾ ਨਹੀਂ ਜਾਣੀ ਕਹਿ ਲਓ ਵੀ 3,500 ਦੇ ਆਸ ਪਾਸ ਮੈਂ ਇਸ ਸਫ਼ਰ ਨੂੰ ਕਵਰ ਕਰ ਗਿਆ, 3,500 ਦੇ ਵਿੱਚ ਮੈਂ ਘਰ ਵਾਪਸ ਆ ਗਿਆ। ਤੇ ਜਿਹੜਾ ਮੋਟਰਸਾਈਕਲ ਆ ਉਹਨੇ ਐਵਰੇਜ ਦਿੱਤੀ 38 ਦੀ, ਤੇ ਤੇਲ ਆ ਜਿਹੜਾ ਉਹ ਮੇਰਾ 2,850 ਦਾ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਖਾਧਾ, ਤੇ ਕਿਲੋਮੀਟਰ ਚੱਲਿਆ ਮੈਂ 1,105 ਕਿਲੋਮੀਟਰ ਸੀਗੇ, 1,105 ਮੀਟਰ ਰੀਡਿੰਗ ਮੈਂ ਨੋਟ ਕੀਤੀ ਸੀ, 1,105 ਕਿਲੋਮੀਟਰ ਮੈਂ ਟਰੈਵਲ ਕੀਤੇ ਆ, ਜ਼ਿਆਦਾ ਨਹੀਂ। ਠੀਕ ਹੈ ਜੀ, ਤੇ ਮੇਰਾ ਜਿਹੜਾ ਇਹ ਬਲੌਗ ਆ ਇਸ ਸੀਰੀਜ਼ ਨੂੰ ਜਿਹਦਾ ਮੈਂ ਨਾਂ ਰੱਖਿਆ ਸੀਗਾ ਕਸ਼ਮੀਰ ਪੈਰਾਡਾਈਜ਼, ਇਹਨੂੰ ਪਲੀਜ਼ ਤੁਸੀਂ ਮਤਲਬ ਸਾਰੀ ਨੂੰ ਦੇਖਿਓ, ਪਹਿਲੇ ਤੋਂ ਲੈ ਕੇ ਜਿਹੜੇ 4-5 ਪਾਰਟ ਹੋਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਿਓ, ਤੁਹਾਨੂੰ ਵੀ ਸਵਾਦ ਆਊਗਾ ਇਸ ਦੇ ਵਿੱਚ। ਬਾਕੀ ਫਿਰ ਹੁਣ ਨਵੇਂ ਸਫ਼ਰਾਂ ਤੇ ਫਿਰ ਮਿਲਾਂਗੇ, ਜਦੋਂ ਵੀ ਮੌਕਾ ਮਿਲਦਾ ਉਸ ਸਮੇਂ ਆਪਾਂ ਚੱਲਾਂਗੇ, ਤੇ ਫਿਰ ਅਗਲੀਆਂ ਜਿਹੜੀਆਂ ਵਿਉਂਤਬੰਦੀਆਂ ਹੈਗੀਆਂ ਨੇ ਉਹ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਤਾ ਲੱਗ ਜਾਣਗੀਆਂ। ਠੀਕ ਹੈ ਜੀ, ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹਨਾਂ ਨੂੰ ਬੇਨਤੀ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਗਰ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਉਹਨਾਂ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਠੀਕ ਹੈ ਜੀ, ਸਾਰੇ ਹੀ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਮਿੱਤਰ ਪਿਆਰਿਆਂ ਦਾ। ਇਸ ਨਾਲ ਹੀ ਤੁਹਾਨੂੰ ਆਪਾਂ ਫਤਿਹ ਬੁਲਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲਦੀ ਆਪਾਂ ਮਿਲਾਂਗੇ ਕਿਸੇ ਹੋਰ ਰਸਤੇ ਤੇ ਨਵੀਆਂ ਵੀਡੀਓ ਲੈ ਕੇ। ਧੰਨਵਾਦ ਜੀ।